ਤੁਸੀਂ ਦੇਖ ਰਹੇ ਹੋ ਸਕਰੋਲ ਪੰਜਾਬ ਤੇ ਮੈਂ ਹਾਂ ਖੁਸ਼ਬੂ। ਸਰਕਾਰੀ ਟੀਚਰ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ। ਸਪੈਸ਼ਲ ਇੱਕ ਚਿੱਠੀ ਲਿਖੀ ਜਾਂਦੀ ਹੈ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਸਰਕਾਰ ਤੋਂ ਦੁਖੀ ਹੋ ਕੇ ਅਸਤੀਫਾ ਦਿੱਤਾ ਜਾਂਦਾ ਅਜਿਹਾ ਇਸ ਚਿੱਠੀ ਦੇ ਵਿੱਚ ਲਿਖਿਆ ਗਿਆ ਤੇ ਇਸ ਚਿੱਠੀ ਨੇ ਹੁਣ ਸਿੱਖਿਆ ਮੰਤਰੀ ਨੂੰ ਚੱਕਰਾਂ ਦੇ ਵਿੱਚ ਪਾ ਦਿੱਤਾ। ਦੱਸ ਦੇ ਕਿ ਸਿੱਖਿਆ ਮੰਤਰੀ ਦੇ ਇਲਾਕੇ ਦੀ ਹੀ ਇਹ ਸਰਕਾਰੀ ਅਧਿਆਪਕ ਹੈ, ਸਰਕਾਰੀ ਟੀਚਰ ਹੈ ਜਿਸ ਦੇ ਵੱਲੋਂ ਅਸਤੀਫਾ ਦਿੱਤਾ ਗਿਆ। ਬਕਾਇਦਾ ਇੱਕ ਚਿੱਠੀ ਲਿਖੀ ਗਈ ਹੈ ਜਿਸ ਦੇ ਵਿੱਚ ਸਾਰਾ ਬ੍ਰਿਤਾਂਤ ਦਿੱਤਾ ਗਿਆ ਕਿ ਉਸ ਦੇ ਵੱਲੋਂ ਅਸਤੀਫਾ ਕਿਉਂ ਦਿੱਤਾ ਜਾ ਰਿਹਾ। ਇਸ ਸਰਕਾਰੀ ਟੀਚਰ ਦਾ ਕਹਿਣਾ ਕਿ 2014 ਦੇ ਵਿੱਚ ਨੌਕਰੀ ਲੱਗੀ ਸੀ ਉਸਦੀ ਤੇ 6000 ਤਨਖਾਹ ਸੀ ਤੇ ਅੱਜ 2022 ਹੋ ਰਹੀ ਹੈ ਤੇ ਅੱਜ ਵੀ ਉਸਦੀ ਤਨਖਾਹ 6000 ਹੈ ਤੇ ਜਿੱਦਾਂ ਹੀ ਜਦੋਂ ਚੋਣਾਂ ਆਈਆਂ ਸੀ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਜੇਕਰ ਪੰਜਾਬ ਦੇ ਵਿੱਚ ਉਹਨਾਂ ਦੀ ਸਰਕਾਰ ਆਏਗੀ ਤਾਂ ਜੋ ਸਿੱਖਿਆ ਦੇ ਵੱਲ ਧਿਆਨ ਦਿੱਤਾ ਜਾਏਗਾ, ਰੁਜ਼ਗਾਰਾਂ ਦੇ ਵੱਲ ਧਿਆਨ ਦਿੱਤਾ ਜਾਏਗਾ, ਜਿਸ ਦੇ ਚੱਲਦੇ ਮੈਂ ਵੋਟ ਤਾਂ ਪਾਈ ਹੈ ਆਮ ਆਦਮੀ ਪਾਰਟੀ ਨੂੰ, ਪਰ ਜਿਸ ਕਰਕੇ ਮੈਂ ਵੋਟ ਪਾਈ ਸੀ ਮੈਨੂੰ ਉਸਦਾ ਨਤੀਜਾ ਨਹੀਂ ਮਿਲਿਆ, ਮੈਨੂੰ ਉਸਦਾ ਫਲ ਨਹੀਂ ਮਿਲਿਆ। ਵੋਟ ਪਾਉਣ ਤੋਂ ਬਾਅਦ ਵੀ ਸਾਡੇ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ, ਜਿਸ ਦੇ ਕਰਕੇ ਮੈਂ ਅੱਜ ਅਸਤੀਫਾ ਦੇ ਰਹੀ ਹਾਂ। ਇਸ ਅਧਿਆਪਕਾਂ ਦੇ ਵੱਲੋਂ ਸਾਫ਼ ਤੌਰ 'ਤੇ ਕਿਹਾ ਗਿਆ। ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਂਹ ਤਹਿਰ ਦੇ ਇਲਾਕੇ ਬਰਨਾਲਾ ਦੀ ਹੀ ਇਹ ਸਰਕਾਰੀ ਟੀਚਰ ਹੈ ਜੋ ਕਿ ਭਦੌੜ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਬਤੌਰ ਅਧਿਆਪਕਾ ਕੰਮ ਕਰਦੀ ਸੀ। 2014 ਦੇ ਵਿੱਚ ਨੌਕਰੀ ਲੱਗੀ ਸੀ ਤਾਂ 6000 ਤਨਖਾਹ ਸੀ, ਮਹਿਜ਼ 6000 ਤਨਖਾਹ, ਜਿਸ ਦੇ ਚੱਲਦੇ ਇਸ ਸਰਕਾਰੀ ਅਧਿਆਪਕਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਤੇ ਬਕਾਇਦਾ ਇੱਕ ਚਿੱਠੀ ਲਿਖੀ ਜਾਂਦੀ ਹੈ ਜੋ ਕਿ ਸੋਸ਼ਲ ਮੀਡੀਆ ਤੇ ਅੱਗ ਦੇ ਵਾਂਗ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਸਾਫ਼ ਇਸ ਅਧਿਆਪਕਾਂ ਦੇ ਵੱਲੋਂ ਲਿਖਿਆ ਜਾਂਦਾ ਕਿ ਮੈਂ ਵੋਟ ਪਾਈ ਸੀ ਪਰ ਮੈਨੂੰ ਉਸਦਾ ਫਲ ਨਹੀਂ ਮਿਲਿਆ, ਮੈਂ ਜਿਸ ਕਰਕੇ ਵੋਟ ਪਾਈ ਸੀ ਉਹ ਕੰਮ ਨਹੀਂ ਆਇਆ, ਮੇਰੀ ਵੋਟ ਕਿਸੇ ਕੰਮ ਨਹੀਂ ਆਈ। ਆਮ ਆਦਮੀ ਪਾਰਟੀ ਨੂੰ ਕਾਫ਼ੀ ਦਿਨ ਹੋ ਗਏ ਨੇ ਸੱਤਾ ਦੇ ਵਿੱਚ ਆਏ ਦੇ, ਪੰਜਾਬ ਦੇ ਵਿੱਚ ਨਵੀਂ ਸਰਕਾਰ ਬਣੇ ਪਰ ਹਾਲੇ ਤੱਕ ਵੀ ਅਧਿਆਪਕਾਂ ਦੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ। ਆਮ ਆਦਮੀ ਪਾਰਟੀ ਦੇ ਵੱਲੋਂ ਕਿਹਾ ਗਿਆ ਸੀ ਕਿ ਜੇ ਸਾਡੀ ਸਰਕਾਰ ਸੱਤਾ ਦੇ ਵਿੱਚ ਆਏਗੀ ਤਾਂ ਟੀਚਰਾਂ ਨੂੰ ਧਰਨੇ ਨਹੀਂ ਦੇਣੇ ਪੈਣਗੇ, ਸੜਕਾਂ 'ਤੇ ਨਹੀਂ ਖੜਨਾ ਪਏਗਾ, ਅਧਿਆਪਕਾਂ ਦੀਆਂ ਤਨਖਾਹਾਂ ਵੀ ਵਧਾਈਆਂ ਜਾਣਗੀਆਂ, ਰੁਜ਼ਗਾਰ ਦਿੱਤੇ ਜਾਣਗੇ, ਪਰ ਅਜਿਹਾ ਬਿਲਕੁਲ ਵੀ ਨਹੀਂ ਕੀਤਾ ਗਿਆ। ਇਸ ਅਧਿਆਪਕਾਂ ਦੇ ਵੱਲੋਂ ਸਾਫ਼ ਇਹ ਗੱਲਾਂ ਕੀਤੀਆਂ ਗਈਆਂ ਨੇ। ਹੁਣ ਚਿੱਠੀ ਵੀ ਇੱਕ ਵਾਰ ਤੁਹਾਨੂੰ ਸੁਣਾਉਂਦੇ ਹਾਂ ਕਿ ਇਸ ਚਿੱਠੀ ਦੇ ਵਿੱਚ ਉਸਦੇ ਵੱਲੋਂ ਕੀ ਲਿਖਿਆ ਗਿਆ। ਅਧਿਆਪਕਾਂ ਦੇ ਵੱਲੋਂ ਲਿਖਿਆ ਜਾਂਦਾ ਕਿ ਉਪਰੋਕਤ ਵਿਸ਼ੇ ਸੰਬੰਧੀ ਵਿੱਚ ਮੈਂ ਬੇਨਤੀ ਕੀਤੀ ਜਾਂਦੀ ਹੈ ਕਿ ਮੈਂ ਰੁਪਿੰਦਰ ਕੌਰ EGS ਵਲੰਟੀਅਰ ਆਪਣੇ ਅਹੁਦੇ ਤੋਂ ਅਸਤੀਫਾ ਦਿੰਦੀ ਹਾਂ। 21-2-2014 ਤੋਂ ਮੈਨੂੰ ਨੌਕਰੀ ਮਿਲੀ ਸੀ, ਉਦੋਂ ਤੋਂ ਪੂਰੀ ਤਨਦੇਹੀ ਦੇ ਨਾਲ ਮੈਂ ਪ੍ਰੀ ਪ੍ਰਾਇਮਰੀ ਅਤੇ ਕਦੀ ਦੂਜੀਆਂ 70-70 ਬੱਚਿਆਂ ਦੀਆਂ ਜਮਾਤਾਂ ਵਾਲੀਆਂ ਕਲਾਸਾਂ ਨੂੰ ਪੜ੍ਹਾਉਂਦੀ ਰਹੀ ਹਾਂ, ਪਰ ਮੇਰੀ ਤਨਖਾਹ ਸਿਰਫ 6000 ਹੈ ਤਾਂ ਮੇਰੀ ਤਨਖਾਹ ਹਾਲੇ ਤੱਕ ਵੀ ਨਹੀਂ ਵਧਾਈ ਗਈ, ਇਸ ਲਈ ਮੈਂ ਅਸਤੀਫਾ ਪ੍ਰਵਾਨ ਕਰ ਰਹੀ ਹਾਂ। ਉਸਦੇ ਵੱਲੋਂ ਕਿਹਾ ਗਿਆ ਕਿ 70-70 ਬੱਚਿਆਂ ਦੀਆਂ ਕਲਾਸਾਂ ਨੂੰ ਪੜ੍ਹਾਇਆ ਗਿਆ ਮੇਰੇ ਵੱਲੋਂ 2014 ਤੋਂ ਲੈ ਕੇ 2022 ਤੱਕ ਲਗਾਤਾਰ, ਪਰ ਕਿਸੇ ਦੇ ਵੱਲੋਂ ਵੀ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਗਿਆ ਕਿ ਮੇਰੀ ਤਨਖਾਹ ਬਹੁਤ ਘੱਟ ਹੈ, ਤਨਖਾਹ ਵਧਾਉਣੀ ਚਾਹੀਦੀ, ਇਸ ਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਜਿਸ ਦੇ ਚੱਲਦੇ ਜੋ ਮੈਨੂੰ ਉਮੀਦਾਂ ਸੀ ਸਰਕਾਰ ਤੋਂ, ਸਰਕਾਰ ਉਹਨਾਂ ਉਮੀਦਾਂ 'ਤੇ ਖਰੀ ਨਹੀਂ ਉਤਰ ਪਾਈ, ਇਸ ਦੇ ਚੱਲਦੇ ਹੀ ਮੈਂ ਹੁਣ ਆਪਣੀ ਨੌਕਰੀ ਤੋਂ ਅਸਤੀਫਾ ਦੇ ਰਹੀ ਹਾਂ। ਇਹ ਸਾਫ਼ ਚਿੱਠੀ ਦੇ ਵਿੱਚ ਲਿਖਿਆ ਗਿਆ ਅਤੇ ਚਿੱਠੀ ਲਗਾਤਾਰ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ 'ਤੇ, ਇਹ ਚਿੱਠੀ ਲਗਾਤਾਰ ਵਾਇਰਲ ਹੋ ਰਹੀ ਹੈ ਤਾਂ ਵੱਡੇ ਸਵਾਲ ਵੀ ਖੜ੍ਹੇ ਕੀਤੇ ਜਾ ਰਹੇ ਨੇ, ਕਿਉਂਕਿ ਜਿੱਥੇ ਇੱਕ ਪਾਸੇ CM ਮਾਨ ਦੇ ਵੱਲੋਂ ਐਲਾਨ ਕੀਤੇ ਜਾ ਰਹੇ ਨੇ, ਐਕਸ਼ਨ ਲਏ ਜਾ ਰਹੇ ਨੇ, ਲੋਕਾਂ ਦੇ ਹਿੱਤਾਂ ਦੇ ਵਿੱਚ ਫੈਸਲੇ ਲਏ ਜਾ ਰਹੇ ਨੇ, ਤਾਂ ਦੂਸਰੇ ਪਾਸੇ ਇਹ ਸਥਿਤੀ ਵੀ ਬਿਆਨ ਕਰ ਰਹੀ ਹੈ ਚਿੱਠੀ, ਇਹ ਟੀਚਰ ਦਾ ਰਿਜ਼ਾਈਨ ਦੇਣਾ, ਅਸਤੀਫਾ ਦੇਣਾ ਵੀ ਬਿਆਨ ਕਰ ਰਿਹਾ ਕਿ ਕਿਸ ਕਦਰ ਦੁਖੀ ਹੋ ਚੁੱਕੇ ਨੇ ਅਧਿਆਪਕ ਪੰਜਾਬ ਦੇ ਵਿੱਚ, ਧਰਨੇ ਦੇ ਕੇ ਸੜਕਾਂ 'ਤੇ ਖੜ ਖੜ ਕੇ, ਕਦੀ ਜਦੋਂ ਧਰਨਿਆਂ ਸਮੇਂ ਕਦੀ ਉਹਨਾਂ 'ਤੇ ਲਾਠੀ ਚਾਰਜ ਹੁੰਦਾ, ਕਦੀ ਕੁਛ ਹੁੰਦਾ, ਕਦੀ ਉਹਨਾਂ ਨੂੰ ਜੋ ਉਹਨਾਂ ਨੂੰ ਬੇਇੱਜ਼ਤ ਕੀਤਾ ਜਾਂਦਾ, ਕਈ ਤਰ੍ਹਾਂ ਦੀਆਂ ਤਸਵੀਰਾਂ ਪਿਛਲੀਆਂ ਸਰਕਾਰਾਂ ਵੇਲੇ ਵੀ ਸਾਹਮਣੇ ਆਈਆਂ ਨੇ। ਤਾਂ ਹੁਣ ਇਸ ਅਧਿਆਪਕਾਂ ਦਾ ਕਹਿਣਾ ਕਿ ਜੋ ਰੁਪਿੰਦਰ ਕੌਰ ਦਾ ਨਾਮ ਹੈ, ਜੋ ਮੈਨੂੰ ਉਮੀਦਾਂ ਸੀ ਉਹ ਪੂਰੀਆਂ ਨਹੀਂ ਹੋਈਆਂ, ਇਸ ਦੇ ਚੱਲਦੇ ਮੈਂ ਦੁਖੀ ਹੋ ਕੇ ਅਸਤੀਫਾ ਦੇ ਰਹੀ ਹਾਂ। ਤਸਵੀਰਾਂ ਤੁਸੀਂ ਚਿੱਠੀ ਦੀਆਂ ਸਾਫ਼ ਆਪਣੀ ਸਕਰੀਨ 'ਤੇ ਦੇਖ ਸਕਦੇ ਹੋ, ਜਿਸ ਦੇ ਵਿੱਚ ਸਾਫ਼ ਰੁਪਿੰਦਰ ਕੌਰ ਬਰਨਾਲਾ ਦੀ ਅਧਿਆਪਕ ਹੈ, ਪ੍ਰੀ ਪ੍ਰਾਇਮਰੀ ਸਕੂਲ ਦੇ ਵਿੱਚ ਪੜ੍ਹਾਉਂਦੀ ਸੀ ਅਤੇ ਉਸਦੇ ਵੱਲੋਂ ਹੁਣ ਆਪਣੇ ਅਹੁਦੇ ਤੋਂ ਸਰਕਾਰੀ ਟੀਚਰ ਵਜੋਂ ਅਸਤੀਫਾ ਦੇ ਦਿੱਤਾ ਗਿਆ। 2014 ਦੇ ਵਿੱਚ ਨੌਕਰੀ ਲੱਗੀ ਸੀ ਅਤੇ 2022 ਦੇ ਵਿੱਚ ਸਰਕਾਰਾਂ ਤੋਂ ਦੁਖੀ ਹੋ ਕੇ ਅਸਤੀਫਾ ਦਿੱਤਾ ਗਿਆ। ਅਜਿਹਾ ਰੁਪਿੰਦਰ ਕੌਰ ਦਾ ਕਹਿਣਾ ਕਿ ਮੈਂ ਸਰਕਾਰ ਤੋਂ ਦੁਖੀ ਹੋ ਚੁੱਕੀ ਹਾਂ, ਇਸ ਦੇ ਚੱਲਦੇ ਹੀ ਅੱਜ ਮੈਂ ਆਪਣਾ ਅਸਤੀਫਾ ਦੇ ਰਹੀ ਹਾਂ।